ਕੁਛ ਮਟੀਰੀਅਲ ਸੀ ਆਪਣੇ, ਜਿਹੜਾ ਪ੍ਰੋਸੈਸ ਮਟੀਰੀਅਲ ਹੁੰਦਾ ਉਹ ਆ ਰਿਹਾ ਸੀ, ਉਹਨਾਂ ਦੇ ਆਪਣੇ ਕੋਈ ਕਾਗਜ਼ ਪੱਤਰ ਨਾ ਕੰਪਲੀਟ ਹੋਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਅਸੀਂ ਬੋਂਡ ਕਰਕੇ ਅਤੇ ਉਹਨਾਂ ਦੇ 75-75 ਚਲਾਨ ਕੱਟ ਕੇ ਅਤੇ ਉਹਨਾਂ ਨੂੰ ਰਿਕਵਰੀਆਂ ਪਾਈਆਂ ਨੇ, ਵੀ ਤਾਂ ਅਸੀਂ ਇਹ ਮੁਹਿੰਮ ਵੱਡੇ ਪੱਧਰ 'ਤੇ ਆਰੰਭੀ ਹੋਈ ਹੈ। ਕੋਈ ਇਲੀਗਲ ਮਟੀਰੀਅਲ ਜਾਂ ਬਿਨਾਂ ਫਾਰਮ ਤੋਂ ਬਿਨਾਂ ਸਰਕਾਰ ਨੂੰ ਕੋਈ ਵਿੱਤੀ ਨੁਕਸਾਨ ਪਹੁੰਚਦਾ ਪੰਜਾਬ ਸਰਕਾਰ ਦਾ, ਉਹਨੂੰ ਅਸੀਂ ਉੱਤੇ ਪੂਰੇ ਸਟ੍ਰਿਕਟ ਐਕਸ਼ਨ ਲਵਾਂਗੇ। ਅਤੇ ਕਿਸੇ ਤਰ੍ਹਾਂ ਦੇ ਉਹਨੂੰ ਟਰੱਕਾਂ ਨੂੰ ਉਹਦੀ ਸਾਰਾ ਆਪਣਾ ਸਿਸਟਮ ਹੈ, ਰਾਤ ਨੂੰ ਦਿਨ ਨੂੰ ਕਿਸੇ ਟਾਈਮ ਵੀ ਲਾ ਕੇ ਉਹਨਾਂ ਦੀ ਰਿਕਵਰੀ ਕਰਦੇ ਹਾਂ ਅਸੀਂ, ਕਿਉਂਕਿ ਗਲਤ ਕੰਮ ਅਸੀਂ ਕਰ ਨਹੀਂ ਦੇਣਾ ਚਾਹੁੰਦੇ, ਨਾ ਹੀ ਕਰਨ ਦੇਣਾ ਕਿਸੇ ਨੂੰ ਵੀ। ਅਤੇ ਅੱਜ ਸਵੇਰੇ 7 ਟਰੱਕ ਫੜੇ ਆ ਜੀ, ਅਤੇ 7 ਨੂੰ 74,000 ਚਲਾਨ ਕਰਕੇ ਅਤੇ ਨੰਗਲਪੁਰ ਥਾਣੇ ਵਿੱਚ ਉਹਨਾਂ ਨੂੰ ਉੱਥੇ ਲਗਵਾ ਦਿੱਤਾ ਹੋਇਆ। ਉਹ ਜਦੋਂ ਆਪਣਾ ਚਲਾਨ ਭੁਗਤ ਲੈਣਗੇ ਅਤੇ ਉਹਨਾਂ ਨੂੰ ਫਿਰ ਬਾਹਰ ਉੱਥੋਂ ਰਿਲੀਜ਼ ਕਰਤਾ ਜਾਵੇ।